ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਆ ਕਈ ਤਰ੍ਹਾਂ ਦੀ ਅਪਡੇਟਸ ਉੱਪਰ ਹਮੇਸ਼ਾ ਹੀ ਅਸੀਂ ਰਾਈਟ ਟਾਈਮ ਤੇ ਰਾਈਟ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੁੰਨੇ ਆ ਅੱਜ ਵੀ ਗੱਲ ਜਦੋਂ ਅਸੀਂ ਕੈਨੇਡਾ ਸਟੱਡੀ ਵੀਜ਼ਾ ਦੀ ਕਰਾਂਗੇ ਸੈਪਟੈਂਬਰ ਇਨਟੇਕ ਦਾ ਫੋਕਸ ਕਰਾਂਗੇ ਹੀ ਨਾਲ ਦੀ ਨਾਲ অন্ਟਾਰੀਓ ਨੂੰ ਲੈ ਕੇ ਜਿਹੜੇ ਅਪਡੇਟਸ ਨੇ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਸਟੂਡੈਂਟਸ ਦੇ ਉਸ ਉੱਪਰ ਵੀ ਪੂਰੀ ਕਲੈਰਿਟੀ ਆਜੇ ਵੀਡੀਓ ਵਿੱਚ ਮਿਲੇਗੀ ਤੁਹਾਨੂੰ ਇਸ ਲਈ ਪੂਰੀ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਧਿਆਨ ਨਾਲ ਦੇਖਣੀ ਹੈ ਤੇ ਸੁਣਨੀ ਹੈ ਜੇਕਰ ਤੁਸੀਂ ਅੱਗੋਂ ਅਪਲਾਈ ਕਰਨ ਬਾਰੇ ਸੋਚ ਰਹ ਅੱਜ ਦੀ ਵੀਡੀਓ ਵਿੱਚ ਤੁਹਾਡੇ ਡਾਊਟਸ ਨੂੰ ਕਲੈਰਟੀ ਜ਼ਰੂਰ ਮਿਲਣ ਜਾ ਰਹੀ ਹੈ। ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਜ਼ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ-ਬਹੁਤ ਸਵਾਗਤ ਹੈ ਮੈਮ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਨੈਵੀਗੇਟਰਸ ওভারਸੀਜ਼ ਜੋ ਕਿ ਤਕਰੀਬਨ 26 ਸਾਈ ਸਾਲਾਂ ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਸਟੂਡੈਂਟਸ ਨੂੰ ਗਾਈਡ ਕਰ ਰਹੇ ਨੇ ਕਈ ਤਰ੍ਹਾਂ ਦੇ ਪ੍ਰੋਗਰਾਮਸ ਜੋ ਹੈ ਸਟੂਡੈਂਟਸ ਨੂੰ ਗਾਈਡ ਕਰਦੇ ਨੇ ਉਹਨਾਂ ਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਕਿਵੇਂ ਸਟੂਡੈਂਟ ਨੂੰ ਕਿਹੜੇ ਤਰ੍ਹਾਂ ਦੇ ਕੋਰਸ ਸਿਲੈਕਸ਼ਨ ਕਰਨੀ ਚਾਹੀਦੀ ਹੈ ਕਿਹੜੀ ਕੰਟਰੀ ਵਿੱਚ ਜਾਣਾ ਚਾਹੀਦਾ ਹੈ ਤੇ ਅੱਜ ਵੀ ਅਸੀਂ ਲੇਟੈਸਟ ਅਪਡੇਟਸ ਨੂੰ ਲੈ ਕੇ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਹੀ ਤੁਹਾਡੇ ਨਾਲ ਸਾਂਝੀ ਕਰਾਵਾਂਗੇ ਸੋ ਮੈਮ ਜਰੂਰ ਜਦੋਂ ਅੱਜ ਆਪਾਂ ਹੁਣ ਕੈਨੇਡਾ ਦੀ ਗੱਲ ਕਰਦੇ ਆ ਤਾਂ ਬੱਚਿਆਂ ਦੇ ਮਨ ਵਿੱਚ ਸਟੂਡੈਂਟਸ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਕੇ اور ਸਪਟੈਂਬਰ ਇਨਟੇਕ ਦੀ ਤਿਆਰੀ ਕਿਵੇਂ ਸਹੀ ਢੰਗ ਨਾਲ ਕਰਨ ਔਰ অন্ਟਾਰੀਓ ਨੂੰ ਲੈ ਕੇ ਹੁਣ ਕੀ ਅਪਡੇਟਸ ਨੇ ਟੋਟਲੀ ਪੂਰੀ ਇਨਫੋਰਮੇਸ਼ਨ ਮੈਂ ਜ਼ਰੂਰ ਚਾਹਾਂਗੀ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਪੂਰੀ ਜਾਣਕਾਰੀ ਸਟੂਡੈਂਟਸ ਨਾਲ ਸਾਂਝੀ ਕਰਿਓ ਹਰਜੋਤ ਦੇਖੋ ਇਹ ਕੱਲ ਹੀ ਆਈ ਹੈ ਅਪਡੇਟ ਕਿ অন্ਟਾਰੀਓ ਦੇ ਵਿੱਚ 94 uh, 96% ਕੋਟਾ ਜਿਹੜਾ ਉਹ ਦਿੱਤਾ ਗਿਆ ਹੈ ਪਬਲਿਕ ਕਾਲਜੇਸ ਨੂੰ 댓 ਮੀਨਸ অন্ਟਾਰੀਓ ਦੇ ਵਿੱਚ ਹੁਣ ਪਬਲਿਕ ਕਾਲਜੇਸ ਜਿਹੜੇ ਆ ਪ੍ਰਾਈਵੇਟ ਕਾਲਜੇਸ ਦੀ ਪ੍ਰੋਬਲਮ ਆ ਜਾਏਗੀ ਪਬਲਿਕ ਕਾਲਜੇਸ ਦੇ ਹੁਣ ਕੋਈ ਪ੍ਰੋਬਲਮ ਨਹੀਂ ਆਨਟਾਰੀਓ ਦੇ ਵਿੱਚ 235000 ਦਾ ਕੋਟਾ ਇਹਨਾਂ ਨੂੰ ਮਿਲਿਆ that means ਕਿ ਜਿੰਨਾ ਬੱਚਾ ਅਪਲਾਈ ਕਰ ਰਿਹਾ ਸੀਗਾ ਉਨਾ ਹੀ ਬੱਚਾ ਅਪਲਾਈ ਕਰ ਸਕਦਾ ਹੈ ਕੋਈ ਸੀਟ ਨਹੀਂ ਉਹਨਾਂ ਦੀ ਘਟ ਹੋएगी ਜੀ ਤੇ 235000 ਇਸ ਟੂ ਮੱਚ ਔਰ ਸਾਰਾ ਕੋਟਾ ਜਿਹੜਾ ਗਵਰਨਮੈਂਟ ਕਾਲਜੇਸ ਨੂੰ ਗਿਆ 96% ओके जस्ट 4% ਜਿਹੜਾ ਪ੍ਰਾਈਵੇਟ ਕਾਲਜਸ ਦੇ ਵਾਸਤੇ ਉਹ ਵੀ ਜਿਹਨਾਂ ਦੇ ਕੋਲ ਪੋਸਟ ਸਟਡੀ ਵਰਕ ਪਰਮਿਟ ਵਗੈਰਾ ਉਹਨਾਂ ਦੇ ਵਾਸਤੇ ਆ ਜੀ ਜੀ ਤੁਸੀਂ ਇਹ ਦੇਖੋ ਕਿ ਉਹਦੇ ਬਾਅਦ ਜਿਹੜਾ BC ਦਾ ਅਟੈਸਟੇਸ਼ਨ ਲੈਟਰ ਆ ਹੀ ਚੁੱਕੀ ਹੈ ਪਹਿਲੇ ਐਂਡ ਅਲਬਰਟਾ ਦੀ ਵੀ ਅਟੈਸਟੇਸ਼ਨ ਆ ਚੁੱਕੀ ਹੈ ਮੋਂਟਰੀਅਲ ਦੇ ਕਿਊਬਿਕ ਦੀ ਕੋਈ ਅਟੈਸਟੇਸ਼ਨ ਲੈਟਰ ਨਹੀਂ ਹੈ ਕਿਉਂਕਿ ਉਹਨਾਂ ਦਾ CAQ ਹੈ। ਜੀ। ਦਿਸ ਇਜ਼ 올 अबाउट ਅਪ ਟੂ ਅਪ ਟੂ ਟੂਡੇ ਦੈਟ ਅਪਡੇਟਸ ਆਰ ਜਿਹੜੇ ਅਪਡੇਟ ਸਾਡੇ ਕੋਲ ਅਜ ਤੱਕ ਦੇ ਆਏ ਆ। ਜੀ ਜੀ। ਇਹ ਅਪਡੇਟਸ ਹੈ ਤੇ ਗਵਰਨਮੈਂਟ ਕਾਲਜੇਸ ਨੂੰ ਹਰ ਸਟੇਟ 'ਚ ਸਭ ਤੋਂ ਜ਼ਿਆਦਾ ਕੋਟਾ ਮਿਲਣਾ ਹੀ ਮਿਲਣਾ। ਮੋਂਟਰੀਅਲ 'ਚ ਕੋਈ ਕੈਪਿੰਗ ਨਹੀਂ ਹੈ, ਕੋਈ ਕੁਛ ਨਹੀਂ ਹੈ ਤੇ ਉਹ ਸਟੂਡੈਂਟ ਉਸ ਚੀਜ਼ ਦਾ ਵੀ ਫਾਇਦਾ ਉਠਾ ਸਕਦੇ ਆ। ਮੰਨ ਲਓ ਜਿਹੜੇ ਘੱਟ ਫੀਸ 'ਚ ਜਾਣਾ ਚਾਹੁੰਦੇ ਆ ਮੋਂਟਰੀਅਲ 'ਚ ਕਾਫੀ ਸਾਰੇ ਆਪਸ਼ਨ ਹੈ। ਤਨੂੰ 10000 ਡਾਲਰ ਤੱਕ ਦਾ ਵੀ ਕਾਲਜ ਮਿਲ ਜਾਂਦੇ ਆ 7-8000 ਡਾਲਰ ਦਾ ਵੀ ਮਿਲ ਜਾਂਦਾ ਔਰ ਉੱਥੇ ਜੀਆਈਸੀ ਖਾਲੀ 15000 ਹੈ ਬਟ ਜਿਹੜੇ ਅੰਟਾਰੀਓ ਜਾਣ ਦੇ ਚਾਹਵਾਨ ਆ ਉਹਨਾਂ ਦੇ ਵਾਸਤੇ ਕੋਈ ਪ੍ਰੋਬਲਮ ਨਹੀਂ ਆਈ ਹੈ ਖਾਲੀ ਤਾਂ ਖਾਲੀ ਪ੍ਰੋਬਲਮ ਕੀ ਆਈ ਹੈ ਕਿ ਸਪਾਊਸ ਨੂੰ ਨਹੀਂ ਲੈ ਕੇ ਜਾ ਸਕਦੇ ਬਟ ਸਪਾਊਸ ਦੇ ਵਾਸਤੇ ਵੀ ਮੈਂ ਇੱਕ ਵੀਡੀਓ ਚ ਪੰਜ ਪ੍ਰੋਗਰਾਮ ਦੱਸਿਆ ਜੀ ਦੇ ਵਿੱਚ ਉਹ ਲੈ ਕੇ ਜਾ ਸਕਦੇ ਆ ਬੈਚਲਰ ਆਫ ਐਜੂਕੇਸ਼ਨ ਬੈਚਲਰ ਆਫ ਇੰਜੀਨੀਅਰਿੰਗ ਨਰਸਿੰਗ ਫਾਰਮੇਸੀ ਠੀਕ ਹੈ ਐਂਡ ਹੈਲਥ ਸਾਇੰਸ ਮੇਰੇ ਖਿਆਲ ਪੰਜਵਾਂ ਕੋਰਸ ਐਲ ਐਲ ਬੀ ਐਲ ਐਲ ਬੀ ਤੇ ਇਹ ਪੰਜ ਕੋਰਸਸ ਦੇ ਵਿੱਚ ਉਹ ਆਪਣੇ ਸਪਾਊਸ ਨੂੰ ਵੀ ਲੈ ਕੇ ਜਾ ਸਕਦੇ ਆ ਓਨਲੀ ਥਿੰਗ ਅਟੈਸਟੇਸ਼ਨ ਲੈਟਰ ਹੁਣ ਲੈਣਾ ਪਏਗਾ ਦੈਟਸ ਦਾ ਓਨਲੀ ਡਿਫਰੈਂਸ ਇਸ ਕਰਕੇ ਇਹ ਬੜੀ ਅੱਛੀ ਨਿਊਜ਼ ਹੈ ਕਿ ਕੈਨੇਡਾ ਦੇ ਵਿੱਚ ਕਿਸੇ ਕਿਸਮ ਦਾ ਇਸ ਦਾ ਮਤਲਬ ਕੋਈ ਸਟਾਪ ਨਹੀਂ ਲੱਗਿਆ ਉਸ ਸਿਸਟਮ ਨੂੰ ਥੋੜਾ ਜਿਹਾ ਸਟ੍ਰੀਮਲਾਈਨ ਕੀਤਾ ਗਿਆ ਹੈ ਬਾਕੀ ਕੋਈ ਸਟਾਪ ਨਹੀਂ ਲੱਗਿਆ ਕੋਈ ਕੁਝ ਨਹੀਂ ਲੱਗਿਆ ਸਿਸਟਮ ਹੋਰ ਵਧੀਆ ਹੋ ਗਿਆ ਤੁਹਾਡੇ ਵਾਸਤੇ ਦੇਖੋ ਤੁਸੀਂ ਪ੍ਰਾਈਵੇਟ ਕਾਲਜੇਸ ਦੇ ਵਿੱਚ ਜਿਹੜਾ ਬੱਚਾ ਬਹੁਤ ਜ਼ਿਆਦਾ ਜਾ ਰਿਹਾ ਸੀਗਾ ਉਹ ਖਤਮ ਕਰਤਾ অলਮੋਸਟ ਅਨਟਾਰੀਓ ਦੇ ਵਿੱਚ ਕਿਉਂਕਿ 96% ਇਨਾਂ ਨੇ ਗਵਰਨਮੈਂਟ ਕਾਲਜੇਸ ਨੂੰ ਦੇ ਤਾਂ ਮੋਂਟਰੀਅਲ ਤੁਹਾਡੇ ਵਾਸਤੇ ਜ਼ਿਆਦਾ ਈਜ਼ੀ ਕਰਤਾ ਹੈ ਅਲਬਰਟ ਅ اور BC ਦੇ ਪਹਿਲੇ ਹੀ ਤੁਹਾਡੇ ਅਟੈਸਟੇਸ਼ਨ ਲੈਟਰ ਆਣੇ ਸ਼ੁਰੂ ਹੋ ਗਏ ਐਂਡ ਮਾਸਟਰਸ ਦੇ ਵਿੱਚ ਕੋਈ ਕਿਸੇ ਕਿਸਮ ਦਾ ਚੇਂਜ ਨਹੀਂ ਹੈ ਉਹ ਤੇ ਜਿੱਦਾਂ ਪਹਿਲੇ ਚੱਲ ਰਹੀ ਸੀ ਉਹਦੇ ਵਿੱਚ ਸਟੂਡੈਂਟ ਫਾਇਦਾ ਕਈ ਉਠਾ ਸਕਦੇ ਕਿ 1 ਇਅਰ ਮਾਸਟਰ ਲੈ ਕੇ ਜਸਪਾਉਸ ਤੇ ਨਾਲ ਲੈ ਕੇ ਜਾ ਸਕਦੇ ਥੈਟਸ ਓਨਲੀ ਥਿੰਗ ਜੀ ਜੀ ਬਿਲਕੁਲ ਸੋ ਮੈਮ ਜਿਵੇਂ ਸਟੂਡੈਂਟਸ ਨੇ ਜਿਹੜੇ ਹਮੇਸ਼ਾ ਕੋਈ ਅਪਡੇਟ ਹੁੰਦਾ ਤਾਂ ਉਸ ਨੂੰ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਜੋ ਕੈਨੇਡਾ ਹੈ ਕੈਨੇਡਾ ਗਵਰਨਮੈਂਟ ਹੈ ਉਹ ਸਟੂਡੈਂਟਸ ਨੂੰ ਲੈ ਕੇ ਸਟ੍ਰਿਕਟ ਹੋ ਰਹੀ ਹੈ ਲੇਕਿਨ ਇਹ ਜਿਹੜੇ ਅਪਡੇਟਸ ਨੇ ਕਿ ਜਿਵੇਂ ਤੁਸੀਂ ਦੱਸਿਆ ਕਿ ਪਬਲਿਕ ਕਾਲਜਿਸ 96% ਜੋ ਹੈ ਸੀਟਸ ਦਿੰਦੇ ਆ ਇਹ ਤਾਂ ਪੋਜ਼ਿਟਿਵ ਅਪਡੇਟਸ ਹੈ ਇਹ ਤਾਂ ਇਹਨਾਂ ਦੇ ਵਾਸਤੇ ਪੋ ਨਾਉ ਯੂ ਸ਼ੁੱਡ ਬੀ ਪੋਜ਼ਿਟਿਵ ਤੁਹਾਡੇ ਰਿਜ਼ਲਟ ਆਣ ਵਾਲੇ ਆ ਪਲੱਸ 2 ਦੇ ਐਗਜ਼ਾਮ ਖਤਮ ਹੋ ਗਏ ਆ ਤੇ ਹੁਣ ਨੈਵੀਗੇਟਰ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂਗੀ ਆਇਲਸ ਪੀਟੀ ਟੋਫਲ ਦੀ ਕੋਚਿੰਗ ਟੋਟਲ ਫ੍ਰੀ ਦਿੰਦੇ ਆਪਣੇ ਸਟੂਡੈਂਟਸ ਨੂੰ ਜਿਹੜੇ ਸਟੂਡੈਂਟ ਸਾਡੇ ਥਰੂ ਫਾਈਲ ਲਗਾ ਰਹੇ ਆ ਉਹਨਾਂ ਦੀ ਅਸੀਂ ਟੋਟਲ ਫ੍ਰੀ ਆਫ ਕਾਸਟ ਉਹਨਾਂ ਦੀ ਕੋਚਿੰਗ ਦੇ ਰਹੇ ਆ ਈਵਨ ਉਹਨਾਂ ਦੀ ਐਗਜ਼ਾਮੀਨੇਸ਼ਨ ਫੀਸ ਦੇ ਵਿੱਚ ਵੀ ਅਸੀਂ ਡਿਸਕਾਊਂਟ ਦਿਵਾਨੇ ਆ ਮਤਲਬ ਤੁਸੀਂ ਇਹ ਦੇਖੋ ਦੋਨੋਂ ਪਾਸੇ ਫਾਇਦਾ ਹੈ ਬਿਲਕੁਲ ਕਿ ਐਗਜ਼ਾਮੀਨੇਸ਼ਨ ਫੀਸ ਦੇ ਵਿੱਚ ਵੀ ਡਿਸਕਾਊਂਟ ਦਵਾ ਰਹੇ ਆ ਕੋਚਿੰਗ ਵੀ ਫ੍ਰੀ ਦੇ ਰਹੇ ਆ ਆਪਣੇ ਬੱਚਿਆਂ ਨੂੰ ਐਂਡ ਵੈਸੇ ਬੈਸੇ ਕੋਚਿੰਗ ਦੂਜੇ ਬੱਚਿਆਂ ਨੂੰ ਵੀ ਦੇਣੇ ਆ ਜਿਹੜੇ ਫਾਈਲ ਮੰਨ ਲਓ ਪਹਿਲੇ ਕਿਧਰੇ ਲਗਾ ਚੁੱਕੇ ਆ ਜਾਂ ਅਪਡੇਟ ਕਰਨ ਨਹੀਂ ਆਏ ਉਹਨਾਂ ਨੂੰ ਵੀ ਅਸੀਂ ਦੇ ਰਹੇ ਆ ਔਰ ਸਾਡੇ ਕੋਲ ਵਰਲਡ ਦੇ ਵਿੱਚ ਬੈਸਟ ਕੋਚਿੰਗ ਦੀ ਅਸੀਂ ਗਾਰੰਟੀ ਦਿੰਨੇ ਆ ਆਲਸ ਜੀ 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 ਬਿਲਕੁਲ ਸੋ ਜਿਵੇਂ ਕਿ ਮੈਂ ਸ਼ੁਰੂਆਤ ਵਿੱਚ ਵੀ ਗੱਲ ਕੀਤੀ ਹੈ ਹਰ ਵੀਡੀਓ ਵਿੱਚ ਗੱਲ ਕਰਦੀ ਹਾਂ ਕਿ ਡੈਵਿਗੇਟਰ ਓਵਰਸੀਜ਼ ਜੋ ਕਿ ਤਕਰੀਬਨ 26-27 ਸਾਲਾਂ ਤੋਂ ਇਸ ਫੀਲਡ ਵਿੱਚ ਕੰਮ ਕਰ ਰਹੇ ਨੇ ਸਟੂਡੈਂਟਸ ਨੂੰ ਦੇਖਦੇ ਹੋਏ ਆ ਵਕ ਵਕ ਪ੍ਰੋਫਾਈਲਸ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੇ ਪ੍ਰੋਗਰਾਮਸ ਇਨਾਂ ਕੋਲ ਤੇ ਉਸੇ ਤਰ੍ਹਾਂ ਉਹਨਾਂ ਪੀਟੀ ਔਰ ਆਇਲਜ਼ ਜੋ ਹੈ ਫ੍ਰੀ ਕਰਵਾਈ ਜਾ ਰਹੀ ਹੈ ਸਟੂਡੈਂਟਸ ਇਨਾਂ ਤੋਂ ਫਾਈਲ ਵੀ ਲਗਵਾ ਸਕਦੇ ਨੇ ਔਰ ਡਿਸਕਾਊਂਟ ਵੀ ਜੋ ਹੈ ਪਾਸਾ ਦੇ ਨੇ ਪੀਟੀ ਔਰ ਆਇਲਜ਼ ਦੇ ਜਿਹੜਾ ਐਗਜ਼ਾਮ ਦੇਣਾ ਹੈ ਉਸ ਦੀ ਫੀਸ ਨੂੰ ਲੈ ਕੇ ਵੀ ਸੋ ਇਹ ਤਮਾਮ ਤਰ੍ਹਾਂ ਦੀ ਜਾਣਕਾਰੀ ਅਗਰ ਸਟੂਡੈਂਟ ਚਾ ਪ੍ਰੋਫਾਈਲ ਅਕੋਰਡਿੰਗਲੀ ਹਰ ਚੀਜ਼ ਤੁਸੀਂ ਖੁੱਲ ਕੇ ਸਮਝ ਸਕੋ ਤੇ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰ ਸਕਦੇ ਹੋ ਨੈਵੀਗੇਟਰਸ ওভারਸੀਜ਼ ਦੇ ਆਫਿਸ ਵੀ ਵਿਜ਼ਿਟ ਤੁਸੀਂ ਕਰ ਸਕਦੇ ਹੋ ਤਾਂ ਕਿ ਹਰੇਕ ਪੁਆਇੰਟ ਤੁਹਾਨੂੰ ਕਲੀਅਰ ਹੋ ਸਕੇ ਟਾਈਮਲੀ ਸਹੀ ਡਿਸੀਜਨ ਲਓ ਔਰ ਅਪਲਾਈ ਕਰ ਲਓ ਮੈਮ ਕਿਉਂਕਿ ਜਿਵੇਂ ਆਪਾਂ ਦੇਖ ਰਹੇ ਹਾਂ ਪਬਲਿਕ ਕਾਲਜਿਸ ਚ 96% ਸੀਟਸ ਦਿੱਤੀਆਂ ਗਈਆਂ ਪ੍ਰਾਈਵੇਟ ਕਾਲਜ 4% ਹੈ ਔਰ ਸਪਟੰਬਰ ਇਨਟੇਕ ਦੀ ਗੱਲ ਕਰ ਲਈਏ ਤਾਂ ਰਸ਼ ਤੁਸੀਂ ਕੀ ਦੇਖ ਰਹੇ ਹੋ ਰਸ਼ ਬਹੁਤ ਜ਼ਿਆਦਾ ਵਧੇਗਾ ਨੇਚੁਰਲ ਆਲਰੇਡੀ ਸੀਟਾਂ ਖਤਮ ਹੈ ਆਲਰੇਡੀ ਸੀਟਾਂ ਬਹੁਤ ਖਤਮ ਹੈ ਔਰ ਬਹੁਤ ਘੱਟ ਪ੍ਰੋਗਰਾਮ ਜਿਹੜੇ ਹੁਣ ਬੱਚਿਆਂ ਨੂੰ ਸੈਪਟੈਂਬਰ ਵਾਸਤੇ ਮਿਲ ਰਹੇ ਆ ਜੀ ਤੇ ਜਿਹੜੇ ਵੀ ਬੱਚੇ ਜਾਣ ਦੇ ਚਾਹਵਾਨ ਹੈ ਇਮੀਡੀਏਟ ਅਪਲਾਈ ਕਰਕੇ ਲੈ ਸਕਦੇ ਆ ਕੁਝ ਕਾਲਜਿਸ ਇਦਾਂ ਦੇ ਆ ਕਿ ਜਿਹੜੇ ਤੁਹਾਡੀ ਐਮਓਆਈ ਤੇ ਮੀਡੀਅਮ ਆਫ ਇਨਸਟ੍ਰਕਸ਼ਨ ਇੰਗਲਿਸ਼ ਤੇ ਵੀ ਤੁਹਾਨੂੰ ਮਤਲਬ ਦੇ ਦਿੰਦੇ ਆਫਰ ਲੈਟਰ ਤੇ ਵੀਜ਼ਾ ਵਾਸਤੇ ਤੁਹਾਨੂੰ ਆਈਲਸ ਜਾਂ ਪੀਟੀ ਚਾਹੀਦਾ ਹੈ ਜਦ ਤੱਕ ਆਫਰ ਲੈਟਰ ਲੈ ਲੋਗੇ ਤਾਂ ਪੀਟੀ ਆਇਲਸ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਜਿਸ ਤੋਂ ਤੁਸੀਂ ਸੈਪਟੰਬਰ ਦੀ ਆਪਣੀ ਸੀਟ ਸਿਕਿਉਰ ਕਰ ਸਕਦੇ ਹੋ ਸੀਟ ਸਿਕਿਉਰ ਕਰ ਲਈ ਦੈਨ ਯੂ ਡੋਨਟ ਹੈਵ ਐਨੀ ਪ੍ਰੋਬਲਮ ਫਿਰ ਤੁਸੀਂ ਸੈਪਟੰਬਰ ਦੀ ਫਾਈਲ ਆਰਾਮ ਨਾਲ ਆ ਸਕਦੇ ਹੋ ਤੁਹਾਡਾ ਬਹੁਤ ਬਹੁਤ ਥੈਂਕਸ ਔਰ ਜ਼ਰੂਰ ਕਹਿਣਾ ਚਾਹਾਂਗੀ ਸਟੂਡੈਂਟਸ ਨੂੰ ਤੁਸੀਂ ਆਪਣੇ ਸਵਾਲ ਜਿਹੜੇ ਨੇ ਕਮੈਂਟ ਸੈਕਸ਼ਨ ਵਿੱਚ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਅੱਗੋ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ